ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਯੂ ਨੋ ਆਈ ਹੈਵ ਅ ਸਪੈਸ਼ਲ ਐਪੀਸੋਡ ਫੋਰ ਯੂ ਮੈਨੂੰ ਬਹੁਤ ਮੈਂ ਇੱਕ ਪਿਆਰੀ ਜੀ ਯੰਗ ਮੋਮ ਲੈ ਕੇ ਆਈ ਹਾਂ ਆਪਣੇ ਸ਼ੋਅ 'ਤੇ ਸੋ ਲੈਟ ਮੀ ਫਸਟ ਆਫ ਆਲ ਵੈਲਕਮ ਹਰ ਸਤਿ ਸ਼੍ਰੀ ਅਕਾਲ ਤਜਿੰਦਰ ਸਤਿ ਸ਼੍ਰੀ ਅਕਾਲ ਅਰਵਿੰਦ ਜੀ ਥੈਂਕ ਯੂ ਸੋ ਮੱਚ ਫੋਰ ਹੈਵਿੰਗ ਮੀ ਥੈਂਕ ਯੂ ਸੋ ਮੱਚ ਫੋਰ ਕਮਿੰਗ ਐਂਡ ਵੀ ਆਰ ਸੋ ਹੈਪੀ ਯੂ ਨੋ ਮੈਂ ਆਪਣੇ ਸ਼ੋਅ ਸਾਰੇ ਨੂੰ ਮੈਂ ਜ਼ਰੂਰ ਕਹਿੰਦੀ ਹੁੰਦੀ ਹਾਂ ਕਿ ਜਦੋਂ ਵੀ ਕੋਈ ਯੰਗ ਮੋਮਸ ਜਾਂ ਯੂ ਨੋ ਯੰਗਸਟਰਸ ਸਾਨੂੰ ਬੈਠ ਕੇ ਸੁਣਦੇ ਨੇ ਜਾਂ ਸਾਨੂੰ ਸਵਾਲ ਪੁੱਛਦੇ ਨੇ ਸਾਨੂੰ ਈਮੇਲ ਕਰਦੇ ਨੇ ਫੋਨ ਕਰਦੇ ਨੇ ਆਈ ਗੈਟ ਵੈਰੀ ਐਕਸਾਈਟਿਡ ਮੈਨੂੰ ਲੱਗਦਾ ਹੈ ਕਿ ਅਸੀਂ ਰੀਚ ਆਊਟ ਕਰ ਪਾ ਰਹੇ ਹਾਂ ਯੰਗਰ ਇੱਕ ਅਨਦਰ ਜਨਰੇਸ਼ਨ ਨੂੰ ਸੋ ਦਿਸ ਇਜ਼ ਅ ਹੈਪੀ ਮੋਮੈਂਟ ਫੋਰ ਮੀ ਕਿ ਆਈ ਹੈਵ ਅ ਯੰਗ ਮੋਮ ਔਨ ਮਾਈ ਸ਼ੋਅ ਟੂ ਟਾਕ ਰਾਈਟ ਹੇਅਰ ਇਨ ਪਰਸਨ ਸੋ ਸਾਰੇ ਪਲੀਜ਼ ਵੈਲਕਮ ਕਰੋ ਤਜਿੰਦਰ ਕਾਲੀਆ ਸ਼ੀ ਇਜ਼ ਅ ਰਾਈਟਰ ਸ਼ੀ ਇਜ਼ ਰਿਟਨ ਦਿਸ ਬੁੱਕ ਵਟਸ ਅ ਪਟਕਾ ਯੂ ਨੋ ਅਸੀਂ ਦਸਤਾਰ ਦੇ ਬਾਰੇ ਟਰਬਨ ਦੇ ਬਾਰੇ ਬਹੁਤ ਗੱਲਾਂ ਕਰਦੇ ਹਾਂ ਨਾ ਇਟਸ ਨੈਵਰ ਟੂ ਮੱਚ ਇਟਸ ਨੈਵਰ ਇਨਾਫ ਬਟ ਸਟਿਲ ਅਸੀਂ ਫਿਰ ਵੀ ਬੁੱਕਸ ਵੀ ਪੜ੍ਹਦੇ ਹਾਂ ਦਸਤਾਰ ਡੇਜ਼ ਟਰਬਨ ਡੇਜ਼ ਹਰ ਸ਼ਹਿਰ 'ਚ ਮਨਾਏ ਜਾਂਦੇ ਹੈ ਪਟਕੇ ਦੇ ਬਾਰੇ ਜ਼ਿਆਦਾ ਗੱਲ ਨਹੀਂ ਹੁੰਦੀ ਸੋ ਸ਼ੀ ਇਜ਼ ਰਿਟਨ ਦਿਸ ਬੁੱਕ ਵੀ ਗੋਇੰਗ ਟੂ ਟਾਕ ਅਬਾਊਟ ਇਟ ਬਟ ਮੈਨੂੰ ਤਜਿੰਦਰ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਕਿ ਤੁਸੀਂ ਮੈਨੂੰ ਇੰਸਪਾਇਰ ਕਰ ਰਹੇ ਹੋ ਐਕਚੁਲੀ ਵੈਨ ਯੂ ਥਿੰਕ ਵੈਨ ਯੂ ਸ਼ੇਅਰਡ ਕਿ ਤੁਹਾਡੀ ਫਿਲੋਸਫੀ ਕੀ ਹੈ ਹਾਊ ਡਿਡ ਯੂ ਕਮ ਹਾਊ ਦਿਸ ਬੁੱਕ ਕੇਮ ਇਨ ਟੂ ਓਰੀਜਨ ਯੂ ਨੋ ਕਿ ਇਹਦੀ ਬੈਕਗਰਾਊਂਡ ਕੀ ਹੈ ਕਿਉਂ ਸੋਚਿਆ ਤੁਸੀਂ ਇਹ ਲਿਖਣ ਦਾ ਸੋ ਆਈ ਵੁੱਡ ਸਟਾਰਟ ਫਰੋਮ ਦੇਅਰ ਇਹ ਜੀ ਕਹਿ ਸਕਦੇ ਹਾਂ ਕਿ ਅਮੈਰੀਕਾ 'ਚ ਸਾਡੀ ਨੂੰਹ ਹੈਗੀ ਹੈ ਕਿਉਂਕਿ ਇਹ ਕੈਨੇਡਾ ਤੋਂ ਆਈ ਹੈ she got married to a Sikh doctor here American so oh eh ithe aayi hai so thoda ja difference I'm sure Sikh jehde Canada hage hain jehde ithe hain oh vi ene experience kita hai so I would love to hear her experiences te tusi vi ede naal gal karan vaste zarur call milayo taaki lage ki ha sade aaj living room de vich eh jehdi bachchi aayi hai ediyan vichar vi suniye te ede naal gallan vi kariye So, Tejinder, thank you so much for coming, first of all. Welcome. Thank you. Te, mainu dasso, tusi fir Canada to aaye ho, aur tusi ki kita hai, te kis tarah thodi background ki hai? So, first, main koshish karengi ke thode ja Punjabi vich bolna. I'll go back and forth, but maafi de do if I say something incorrectly, please. Bhai, eh ta main vi ede naal hai gi is gal te, kyunki ਇੱਥੇ ਦੇ ਜੰਮਪਲ ਦੇ ਬੱਚੇ ਹੁਣ ਫਿਰ ਅਸੀਂ ਪੇਰੈਂਟਸ ਨਾ ਥੋੜ੍ਹਾ ਜ਼ਿਆਦਾ ਪੰਜਾਬੀ ਵੱਲ ਕਰ ਰਹੇ ਹਾਂ ਬਟ ਇੱਕ ਵਿੱਚ ਪੀਰੀਅਡ ਆਇਆ ਸੀ ਮੈਨੂੰ ਪਤਾ ਹੈ ਕਿ ਜਦੋਂ ਪੇਰੈਂਟਸ ਖਾਸ ਤੌਰ 'ਤੇ ਅਸੀਂ ਕਹਿੰਦੇ ਸੀ ਕਿ ਨਹੀਂ ਇੰਗਲਿਸ਼ ਜ਼ਰੂਰ ਬੋਲ ਲਓ ਪੰਜਾਬੀ ਦੀ ਪਤਾ ਨਹੀਂ ਲੋੜ ਹੈ ਕਿ ਨਹੀਂ ਸੋ ਪਰ ਇਹ ਬੱਚੇ ਜਿਹੜੇ ਇੱਥੇ ਜੰਮਪਲ ਹੈ ਉਹ ਇੰਨੇ ਜੇ ਕਿ ਸਾਡੇ ਨਾਲ ਮਿਲ ਰਹੇ ਹੈ ਯੂ ਨੋ ਇੱਕ ਸਾਡੀ ਟ੍ਰੈਡੀਸ਼ਨਸ ਨੂੰ ਫੋਲੋ ਕਰ ਰਹੇ ਹੈ ਅਤੇ ਨਾਲੇ ਉਹਨੂੰ ਅੱਗੇ ਵਧਾਉਣਾ ਚਾਹੁੰਦੇ ਹੈ ਉਹ ਬਹੁਤ ਵੱਡੀ ਸਾਡੇ ਵਾਸਤੇ ਦੇਣ ਹੈਗੀ ਹੈ ਸੋ ਥੈਂਕ ਯੂ ਫੋਰ ਡੂਇੰਗ ਦੈਟ ਠੀਕ ਹੈ ਤੁਹਾਨੂੰ ਮਾਫ਼ ਕੀਤਾ ਥੈਂਕ ਯੂ ਸੋ 10 ਈਅਰਸ ਅਗੋ ਮੇਰਾ ਵਿਆਹ ਹੋ ਗਿਆ ਆਈ ਮੈਰੀਡ ਸੰਬਡੀ ਫਰੋਮ ਨਿਊਯਾਰਕ ਆਈ ਵਾਸ ਬੋਰਨ ਐਂਡ ਰੇਜ਼ਡ ਲਿਵਡ ਇਨ ਕੈਨੇਡਾ ਮਾਈ ਹੋਲ ਲਾਈਫ ਐਂਡ ਮਾਈ ਹੋਲ ਟਾਈਮ ਦੇਰ ਆਈ ਆਲਵੇਸ ਫੈਲਟ ਵੈਰੀ ਸੇਫ ਐਜ਼ ਅ ਸਿੱਖ ਮਾਈ ਫਾਦਰ ਵੋਰ ਟਰਬਨ ਮੇਰਾ ਸਾਰੇ ਬੰਦੇ ਮੇਰੇ ਫੈਮਲੀ ਵਿੱਚ ਸਰਦਾਰਾਂ ਨੇ ਸੋ ਆਈ ਡਿਡਨਟ ਐਵਰ ਰੀਲੀ ਫੀਲ ਵਲਨਰੇਬਲ ਔਰ ਅਨਸੇਫ ਕੈਨੇਡਾ ਵਿੱਚ ਸੋ ਯੂ ਨੋ ਵੀ ਹੈਵ ਅ ਗ੍ਰੇਟਰ ਪ੍ਰੈਜ਼ੈਂਸ ਐਂਡ ਵੀ ਆਲਸੋ ਵੀ ਹੈਵ ਅ ਸਟਰੋਂਗ ਪ੍ਰੈਜ਼ੈਂਸ ਇਨ ਗਵਰਨਮੈਂਟ ਐਨੀਬਡੀ ਹੂ ਇਜ਼ ਫਾਲੋਇੰਗ ਵੀ ਨੋ ਅਬਾਊਟ ਜਗਮੀਤ ਸਿੰਘ ਦੇਰ ਇਜ਼ ਅ ਵੈਰੀ ਸਟਰੋਂਗ ਪ੍ਰੈਜ਼ੈਂਸ ਟੂ ਆਵਰ ਵੈਰੀ ਪਰਸਨਲ ਆਈਡੈਂਟੀ ਯੂ ਨੋ ਆਵਰ ਰੂਪ coming to New York as a young bride was difficult. Really? You know, I found New York to be scary. Wow. And when I would walk with my husband for the first time, I actually felt like people were looking at us differently. Mm. And it was a journey for me. And then, of course, in Vaheguru's ultimate wisdom, I now have two boys. So I have become much more comfortable with that. Mm. As women, it's easier for us. Bilkul. We blend in. Bahut aasan hai. Yeah. But, yeah. You know, pagdi paake, fir schoolan de vich, collegean de vich, then as professionals, you know. Absolutely. Corporate world, hospitals, everything. Absolutely. So. Absolutely. So this journey has been one of learning to be comfortable if people are looking at me or if people are looking at my family, my sons, learning to accept that
that maybe this is not coming from a bad place. Hmm. Not assuming ke jo loka dekhte pya, it's not necessarily a bad thing. Huh. They don't necessarily hate me or fear me. But it's curiosity. Huh. And they don't know enough. Exactly. Right. And this is a very important point. Ke if somebody is curious, this is not something to push away. Hmm. We should open it. We should accept it with open arms. Hmm. And with compassion and with confidence, be able to explain. And this is why I wrote the book. And this is what I try to teach my sons, that be able to explain at an age appropriate level, you know, bache vaste. And I wrote the book to help facilitate o conversation thode ja chalan vaste. Ji, bilkul. So, bahut sari cheezan hain, jivein ke, as a young mom, oh, we ek Sikh mom, I can relate to it, and many more jede sade viewers hage oh vi is cheez nal relate karange ke jadon assi schoolan ch bacche bhejde ha te ek concern you know ke oh bachcha theek rahe, you know, koi onu tang na kare, ko onu lat de ke gira na de, ye sara hunda hai. But more and more tusi jive mainu, I'm surprised to see, not ki mainu nahi pata si, but hearing from your, you know, mouth ke udron di aake idhar tusi eh feel kita New York is was feeling unsafe to you. Yeah, feels, you know, it felt so big, right? And then America as a whole, you know, we talk about Canada haga mosaic, right? Olagdene mosaic, Thailand mosaic. Everybody is a different color. They sare paake, it's a beautiful picture. And they call United States melting pot. Sab kuch under ek patile vich jaake melt karke, everybody's the same. Yeah. So it was scary for me that I want my tile. I don't want to be melted into the pot, and I'm different and I stand out. So that was tough, but New York is a wonderful place to live and very open and very accepting. Right, but oi gall itthe aandi hai ki New York ch tusi eh feel kita hai, then what about the rest of the country? Exactly. The mid country and all, you know. Yeah. So sanu apna dur dur baithe assi aapas ch gallan karde rehne aa, but enough nahi hega. We have to go and talk to our neighbors, our people around us, you know, co-Americans. That's it. So, yeah. But bahut sariyan hor gallan karan waliyan ne, tusi vi sare call karo, and assi gal zarur karange, kyunki sare, I would request, sari young moms, grandmothers, pua, masiyan, you know, I'm saying all female gender, but still, jide vi available hai. Mainu lagda hai, is vele middle of the day or recorded shows vi dekhne, sare jada tyan nal, इस कॉन्वर्सेशन को जरूर सुनो. सो जरा टीवी दे नेड़े नेड़े आके अपनी चाय कॉफी लेके बैठ जाओ, एंड वी आर गोइंग टू टॉक टू तजिंदर कालिया आफ्टर अ ब्रेक. वेलकम बैक, सारे का फिर स्वागत है. और तजिंदर कालिया जी, थैंक यू सो मच फॉर कमिंग हियर अगेन, क्योंकि सानू एक जड़ा थोड़ा प्रस्पेक्टिव है, एक यंग प्रस्पेक्टिव है. मैनू लगता है मेरा तो ईरा हो गया है कि यू नो किड्स वर दिस स्मॉल, नाउ दे आर बिग किड्स एंड दे आर डिफरेंट चैलेंजेस. एब्सोल्युटली. बट आई रिमेंबर व्हेन माय सन एंड डॉटर वर वेरी यंग, यू नो इट सीम्स लाइक वे आई मिस दैट टाइम. इट वाज या आई मिस दैट टाइम. But anyways, tell us about ki tusi ki kita te kis tarah thodi education you know forward leke aayi thonu idhar. Absolutely. So after high school I went to university in Canada and I got an business operations degree. Mm-hmm. And so that is more of a manufacturing type degree that talks about or works with how to make a product or how to make a process better. Mm. So factory which main dasiga dasangi pehle athe fer is tarah kar lo us tarah kar lo, and that was my specialization. So I worked in operations for a few years, manufacturing furniture, makeup, food. So different. I worked in three different industries. I did observe this you know Tajinder, that whenever we were talking, like, you are very methodical. Hanji. And then, you know, step one, step two, step absolutely. Three. And I see some,
parts of that here in your book too, which is so good. Thank you. Because as a mom, if I read this, I will know exactly what you've already, you know, I don't have to invent the wheel again. That was the point. And so I made a lot of manuals. I did a lot of training for people working in those factories. That was absolutely a big part of my responsibility. Mm. It's my husband jokes that my mind works that way. It's everything is a sequence. They sab kuch problem hai ga, main kis tarah problem solve kar sakte. Welcome to Garbhash. Yeah, this is exactly what we do here. So even in the book, I created step by step. Patkan kis tarah tie karna. So that was because my son would go to swimming camp, and after swimming. Okay, what do we do? So I wanted to make something visual that would teach the counselors and teach the coaches how to put the patka back on. So it started there, and then after I moved to New York, I got a teaching degree. So I worked for the New York Board of Education. I taught biology for secondary age kids. That's grade 5 through grade 12. And I learned a lot about what it's like to be a teacher. And now as a parent, I know what it's like to be on the other side of the desk. So I found with the book and with my experiences that parents and teachers really need to work together, and they want to work together. That's true. But there's a lot of like intimidation. It's a hard job. Parenting is a hard job. Teaching is a hard job. Yeah, but you know, being on both the sides, it's very, I know still you must be reminding yourself to think about the other side. Absolutely. But at least you've experienced. We as parents have been like, okay, teacher should do this, teacher should. And teachers, I'm sure, are saying parents, nahi sikhande, kuch parents kuch aur karan. Yeah. So it's a real good skill you've gained to be on the both sides. Thank but, you know, you have experience in school. So bullying. My God. Yeah. Sorry. No, it's, I mean, bullying has been around since the first day of school. Right. You know, so I think there's a lot more fear. But there's more fear in everything. Sab kuch. Oh, the child is going to walk to the store. Oh my God. When I was young, and maybe when your kids were younger, we were allowed to do, we had more freedom. There's more fear around children now than there was ever before. Yeah. So with bullying, it's been there, and absolutely, as a parent, as a teacher, we need to protect our kids, and we need to make sure that they are safe and they are healthy and they're not fearful. But having said that, Sonia, if I can call you. Of course, you could call me Sonia. I was calling Sonia. Yeah. Sonia, I mean, kids kede vi paave patka paya, exactly, hijab paya. I have seen every kind of kid who is a target to bully. That's sometimes it. You know, yep, short kid, smart kid, little mediocre kid, kid wears glasses, too much, very genius kids, yeah, vakhra lag raha hai, jyada number aa rahe hai, tam. I mean, there's nothing one thing we can really, that's but it. Something which is so physically different, yeah, then you are like kind of, mainu lagda ki double target ho tusi. Yeah, yeah. Hai na? It maybe happens faster. Right. But I also think that if as a parent we are more scared of it, and we are more, oh my God, what if they ask a question? If instead we accept it, and we say we prepare for it, and we prepare our children for it, then it can just be a natural part of life, a natural part of conflict resolution, that maybe gets escalated up to the school board if it is an unsafe situation. But there are situations where it can be handled at a lower level. Yeah. If the child is just doesn't know the other child and is unaware and is just needs some education, you know, and we should be able to embrace this curiosity. Children are by nature very curious. And this so is a wonderful their thing. Curiosity. Yeah. It's just a normal thing, and I think it should be interesting.
Absolutely. Rather than fearful and, you know, absolutely. Oh my God, I have to go to school. Yes. Because I've got these phone calls where it says, bari issue aa gaya Arvind ji, school vich inch ho reha hai, hun sanu school jana pehna hai. Yeah, so I exactly. feel like, why is it such a thing ki jana pehna hai? You should be going anyways. You I agree. Take it an opportunity to go there and talk to people. Absolutely. I'll say one thing. Asi sare bache bhejde ne. We send our children yeah. into this world every day. Right. We should be comfortable in that world too. Absolutely. There's yeah. no question, and a small amount of prevention can go a long way. Oh yeah. So by prevention, I mean one, talking to your child, helping them and coaching them through conflict resolution on their own. Mm. Two, making a presence in the school before there's a problem. We'll talk more about it. Let's see who wants to talk to Tajinder here. Hello. Hi. Hello, Sat Sri Akaal. Sat Sri Akaal ji, hello. Mainu awaaz nahi aa rahi, please call dobara karo. But anyways, we were talking that assi bachiyan nu kis tarah equip kar sakde haan, parents nu kivein equip kar sakde haan, because yes. Tajinder, not everybody thinks like I that understand. And I can say when I was you know younger, or when my kids were younger, school ja rahi si, issues were there, I might have just gone there, gal teacher nal kiti oh kiti. I didn't do that much. So yeah. you've already done so much homework and thought on that. Hanji. So I think more parents can just use those skills. So we'll talk in detail ke bacche nu kive, and I love the philosophy jehdi tusi gal kiti hai ke bacche nu equip kariye. Yes. Kyunki har vele te assi unna nal hona nahi. No. And it's not about just patka. It you isn't. Know? And assi sare zindagi control nahi kar sakte. Like, we really cannot control the entire world that this child is going to be experiencing. Hmm. So if we never give the child a chance at a young age to solve a problem, starting with brothers and sisters and cousins, because these we all know they come up, then going to the playground, we need to teach them and coach them and help them. Hmm. And we can talk more about some of the ways we can do that in those situations. Sure. And then as they're going into the school, again, coach them and teach them and model it. I can give you an example. Sure. We were in Disney World a few years ago. So my Mohan, my son, would have been about 4 years old, and we were in the line, and there was a family, you know, the line ends kind of like a serpentine. Yeah, yeah. And you end up kind of face to face with different people. Right. And ek bachcha apni mummy nu enjenjenj te point karda pe Mohan nu, and the mom was so embarrassed. Okay, chup 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 chup. Yeah. And I noticed it, and I realized the child was maybe 5 years old. So me Mohan, so when we were very close, I said to Mohan, I think this boy has a question about your patka, and my body language was so open and a big smile, not angry. Right. I think this boy has a question about your patka. And Mohan, oh really? Well, this is my patka. What's your question? Ha. And the parents, like, their eyes went wide, and the boy, you know, he wanted to know the typical questions. Mm-hmm. What is it called? Why do you wear it? And we had a nice conversation. And at the end, the parents thanked us and said, we're from, I think they were from Ohio. Mm-hmm. And they said, we've never seen a sick person before. Right. We had never seen this, and we're very sorry. We hope we didn't offend you. And I said, you know, you made my day. Mm-hmm. You're going to go back to Ohio, and if there's anybody who's sick in Ohio, please call in and tell us how many sick people there are there. But they made my day that I was able to, in that very open and friendly and fun environment, educate them. You remind me, ek jivein assi teacher de aur parent di gal kar si ke being on the other side of the table. Yeah. Evi assi unna passe ho ke dekhiye ki oh good people, they just like, oh my god, main kisi koi aise sawal nal unna nu offend na karda. Exactly. Main koi touchy ki, yep. you know, yep. let them not be, so because you don't know how yep. people will react. That's it. So be open to any questions, and then credit goes to you that Mohan was prepared. Yes, he was very prepared. Mohan was prepared. Yes. Nahi tha bachcha keh raha hai ki, you know, stop. Like, you yeah, know, yeah. I don't want to. Aap hi main comfortable nahi hai. Yeah. Patkesh te mainu ki dasa. Exactly, exactly. No, he took his cue from his parents. Right. And isn't that why we have Turban Day and all of these things? We put bagris on people who are not sick so yeah. that they can learn and experience it.
So we need to have our children have that same ability, right? Not to put a patka on all of their friends, I mean, but to be able to discuss it openly and educate, yeah. Because it is a new concept for a lot of people. So bahut vadhiya, we'll continue this conversation, and there's so much more to learn from Tejinder, because she has actually, the way she was telling, ke step wise bada asani naal we can follow ki karna ki hai jado situation aaye sirf taani pehle us to, so that we are preventive, yeah. Measures assi laiye. So let me take a short break, quick break, and you don't go anywhere. ਵੈਲਕਮ ਬੈਕ, ਸਾਰਿਆਂ ਦਾ ਫਿਰ ਸਵਾਗਤ ਹੈ. ਗੱਲਾਂ ਹੋਰ ਹੋ ਰਹੀਆਂ ਨੇ ਤੇ ਸੋ ਤਜਿੰਦਰ, ਤੁਸੀਂ ਕਹਿ ਰਹੇ ਸੀ ਨਾ ਜਿਵੇਂ ਕਿ ਬੱਚੇ ਨੂੰ ਇਕੁਇਪ ਕਰੋ, ਲਾਈਕ ਯੂ ਨੋ ਦੇ ਸ਼ੁੱਡ ਬੀ ਟ੍ਰੇਨ ਟੂ ਆਨਸਰ ਫਸਟ ਆਫ ਆਲ, ਨਾਟ ਦੈਟ ਵੀ ਆਰ ਵਾਂਟ ਟੂ ਸਿਟ ਬੈਕ ਐਂਡ ਲੈਟ ਦੈਮ ਗੋ, ਬਟ ਹਾਊ ਡੂ ਯੂ ਡੂ ਦੈਟ, ਹਾਊ ਡੂ ਯੂ ਪ੍ਰਪੋਜ਼? ਸੋ ਇਟਸ ਐਨ ਐਕਸਲੈਂਟ ਕੁਐਸਚਨ ਐਂਡ ਅ ਵੈਰੀ ਡਿਫਿਕਲਟ ਵਨ, ਬਟ I think it starts right from the beginning, from when they're young. And it's not just about answering questions about the patka. Sari cheezanu onu koshish karenge ke try to solve the problem. So for example, if the brother and the sister are having a fight, don't just jump right in and solve the problem for them and, oh, okay, you're arguing over the toy, I'll give you one. Instead, try to help them learn to solve the conflict themselves. So sometimes that means just sitting back and watching when it's a safe environment. Sometimes it means actually going in there and talking them through how to solve a problem. These are skills they're going to need for their whole life. Right. How to solve in marriage, in work, in school, their entire lives. So you say, okay, you tell them, don't tell me you don't like what she's doing. Tell her you don't like what she's doing. Teach your child to communicate more directly with the other people in their life. Right. You know, what she's saying, assi pichle kai shows de vich eh gallan karde ha ki shuru to karna pehna hai bacche jadon chote hunde, jadon bacche vyah ke baar baar phone kar rahe hunde hain ki main ki kara, ya assi fir kehnde hain ki mothers interfere kar rahi hain bahut, ya decisions nahi le pa rahe hunde. Oh, this all comes because early on they're not given that freedom, and we can't just kind of let our kids run free. You know, meri biji kehnde si ke she had no idea where my dad was all day. No idea. He just would show up at nighttime and that's it. Right. It's not like that now. We need to know where our kids are at all times, where play dates, we are there with them. It's a different environment. So we need to make an effort, koshish karna chahiye, to teach them these skills that are not coming naturally, that they used to come naturally in previous generations. One second, let's see. ਕੌਣ ਕਾਲ ਕਰ ਰਿਹਾ ਤੁਹਾਡੇ ਵਾਸਤੇ? ਹੈਲੋ, ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ, ਕੀ ਹਾਲ ਦੱਸੋ, ਕੀ ਹਾਲ ਹੈ ਤੁਹਾਡਾ? ਕੇ ਬਾਬਾ ਜੀ, ਤੁਸੀਂ ਸੁਣਾ, ਦੋਵਾਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ. ਸਤਿ ਸ਼੍ਰੀ ਅਕਾਲ. ਦੱਸੋ ਕੀ ਕਹਿੰਦੇ ਹੋ ਅੱਜ? ਹੈ ਵਜਨ ਜੀ, ਮੈਂ ਹਲੇ ਸਮਝ ਨਹੀਂ ਸਕਿਆ ਕੀ ਹੈ ਤੁਸੀਂ ਅੱਜ ਲੈ ਕੇ ਮੁੱਦਾ ਹੈ. ਇਸ ਕੁੜੀ ਨੇ, ਤਜਿੰਦਰ ਕਾਲੀਆ ਇਹਨਾਂ ਦਾ ਨਾਮ ਹੈ, ਤੇ ਇਹਨਾਂ ਨੇ ਇਹ ਬੁੱਕ ਲਿਖੀ ਹੈ. ਹਾਂਜੀ. ਵਾਟਸ ਅ ਪਟਕਾ. ਤੇ ਗਿਆਨ ਸਿੰਘ ਜੀ, ਸਾਨੂੰ ਥੋੜਾ ਕ੍ਰੈਡਿਟ ਇਹਨਾਂ ਬੱਚਿਆਂ ਨੂੰ ਦੇਣਾ ਪਏਗਾ ਕਿ ਇਹ ਦੇਖੋ ਬਿਲਕੁਲ ਆਪਣੇ ਵਾਸਤੇ ਕੰਮ ਕਰ ਰਹੇ ਹੈ. ਪੰਜਾਬੀ ਪੂਰੀ ਨਹੀਂ ਬੋਲ ਸਕਦੇ ਕਿਉਂਕਿ ਇਹਨਾਂ ਨੇ ਬੋਲੀ ਨਹੀਂ ਬਹੁਤ, ਪਰ ਐਟਲੀਸਟ ਉਹ ਪੂਰੀ ਟਰਾਈ ਕਰ ਰਹੇ ਕਮਿਊਨਿਟੀ ਵਾਸਤੇ ਕੰਮ, ਕਮਿਊਨਿਟੀ ਵਾਸਤੇ ਬੱਚੇ ਤਿਆਰ ਕਰ ਰਹੇ ਹੈ ਕਿ ਬਈ ਬੱਚੇ ਉਸੇ ਤਰ੍ਹਾਂ ਹੋਣ ਜਿਸ ਤਰ੍ਹਾਂ ਇਹਨਾਂ ਦੇ ਪੇਰੈਂਟਸ ਰਹੇ ਨੇ, ਹਸਬੈਂਡ ਹੈਗੇ ਹੈ. ਸੋ ਥੋੜ੍ਹਾ ਜਿਹਾ ਸਾਨੂੰ ਵੀ ਨਰਮੀ ਨਾਲ ਪੇਸ਼ ਆਉਣਾ ਪੈਣਾ ਕਿ ਇੰਗਲਿਸ਼ ਜ਼ਿਆਦਾ ਬੋਲ ਰਹੇ ਨੇ, ਤੁਸੀਂ ਕਹਿੰਦੇ ਸਮਝ ਨਹੀਂ ਆਈ, ਪਰ ਸਮਝਦੇ ਤਾਂ ਤੁਸੀਂ ਹੋ ਇੰਗਲਿਸ਼. ਸੋ ਧਿਆਨ ਨਾਲ ਸੁਣੋ ਇਹਨਾਂ ਨੂੰ ਕਿ ਕੀ ਕਹਿ ਰਹੇ ਨੇ. ਨਹੀਂ, ਚਲੋ ਇਹ ਚੰਗੀ ਗੱਲ ਹੈ, ਪੇਰੈਂਟਸ ਵਰਗੇ ਬੱਚੇ ਹੋਣ. ਹੁਣ ਜਿਹੜੀ ਇੱਕ ਬੋਲੀ ਦੀ ਗੱਲ, ਤਾਂ ਚਲੋ ਉਹ ਵੀ ਰਹਿ ਗਈ ਹੈ ਨਾ, ਪਰ ਉਹ ਹੈ ਨਾ ਕਿ ਕਮਿਊਨੀਕੇਟ ਕਰਨ ਦੀ ਕੋਸ਼ਿਸ਼. ਲੈਂਗੁਏਜ ਦਾ ਮਤਲਬ ਹੈ, ਅਸੀਂ ਸਾਰੇ ਕਹਿੰਦੇ ਆ ਪੰਜਾਬੀ ਬੋਲੋ ਤਜਿੰਦਰ, ਬਟ ਦ ਥਿੰਗ ਇਜ਼ ਕਿ ਇਫ ਯੂ ਆਰ ਏਬਲ ਟੂ ਕਨਵੇ, ਜੋ ਅਸੀਂ ਤੁਸੀਂ, ਮੇਰੀ ਬੇਟੀ ਹੈ ਉਹ ਅੱਜ ਕੱਲ੍ਹ ਸਾਈਨ ਲੈਂਗੁਏਜ ਸਿੱਖ ਰਹੀ ਹੈ. ਹਾਂਜੀ. ਛੋਟੀ ਗੱਲ ਸ਼ੇਅਰ ਕਰਨੀ ਆ, ਜਿੱਦਾਂ ਬੱਚਿਆਂ ਨੂੰ ਦਸਤਾਰ ਵਾਸਤੇ ਕਹਿੰਦੇ ਵੀ ਚਾਹੀਦੀ ਹੈ, ਠੀਕ ਨਹੀਂ? ਸਾਡੀ ਪਹਿਚਾਣ ਹੈ ਸਾਡੀ, ਹੈ ਨਾ, ਸਾਡੀ ਕਮਿਊਨਿਟੀ ਦੀ.
ਤੇ ਕਿਉਂਕਿ ਜਿੰਨੇ ਤਾਂ ਕੇਸਾਧਾਰੀ ਬੰਦੇ ਜਾਂ ਬੱਚੇ ਹੈਗੇ ਉਹ ਤਾਂ ਦਸਤਾਰ ਸਜਾਉਂਦੇ ਹੀ ਆ, ਪਰ ਬੀਬੀਆਂ ਸਾਰੀਆਂ ਕੇਸਾਧਾਰੀ ਹੋਣ ਦੇ ਬਾਵਜੂਦ ਸਿਰ ਕਿਉਂ ਨਹੀਂ ਢੱਕਦੀਆਂ? ਉਹ ਉਹਨਾਂ ਨੂੰ ਕਿਉਂ ਨਹੀਂ ਇੰਸਟਰਕਸ਼ਨ ਦੇ ਰਹੀਆਂ ਵੀ ਹੁਣ ਜਦੋਂ ਤੁਸੀਂ ਬਾਹਰ ਜਾਂਦੀ ਆ ਆਮ ਗੁਰੂ ਘਰ ਤੋਂ ਬਗੈਰ ਸਿਰ ਢੱਕਦੀਆਂ ਨਹੀਂ ਗੀਆਂ? ਮੈਂ ਇਹ ਵੀ ਦੇਖਿਆ ਨਿਕਲਦਿਆਂ ਸਾਰੀ ਚੁੰਨੀ ਲੈ ਗਲ ਚ ਪਾ ਲੈਣੀ ਆ ਜਾਂ ਗੱਡੀ ਰੱਖ ਲੈਂਦੀਆਂ। ਬਹੁਤ ਵਧੀਆ ਗਿਆਨ ਸਿੰਘ ਜੀ, ਥੈਂਕ ਯੂ ਸੋ ਮਚ ਫੋਰ ਯੋਰ ਸੁਜੈਸ਼ਨ। ਪਰ ਇਹ ਬੜਾ ਮੁੱਦਾ ਜਿਹੜਾ ਨਾ ਇੱਕ ਡਿਫਰੈਂਟ ਮੁੱਦੇ ਤੇ ਤੁਸੀਂ ਲੈ ਗਏ ਹੋ ਗੱਲ ਸਾਰੇ ਅਸੀਂ ਹੁਣ ਸਿਰ ਢੱਕਣ। ਮੈਂ ਵੀ ਜਦੋਂ 10 ਸਾਲ ਪਹਿਲੇ ਸ਼ੋਅ ਸ਼ੁਰੂ ਕੀਤਾ ਸੀ, ਸੰਬੜੀ ਟੋਲਡ ਮੀ ਕਿ ਸਿਰ ਢੱਕ ਕੇ ਤੁਸੀਂ ਸ਼ੋਅ ਕਰੋ। ਆਈ ਡੋਨਟ ਥਿੰਕ ਵੀ ਡੂ, ਅਸੀਂ ਆਪਣੀ ਜ਼ਿੰਦਗੀ ਵੀ ਤਾਂ ਇੰਜ ਨਹੀਂ ਨਾ ਬਿਤਾ ਰਹੇ। ਯਾ ਤੇ ਅਸੀਂ ਇੱਥੇ ਆ ਕੇ ਸਿਰ ਢੱਕ ਲਈਏ ਤੇ ਬਾਹਰ ਜਾ ਕੇ ਨਾ ਢੱਕੀਏ, ਦੈਟ ਵੁਡਨਟ ਬੀ ਮੀ। ਸੋ ਸਿਰ ਢੱਕਣ ਦਾ ਇਸ਼ੂ ਜਿਹੜਾ ਅਗਰ ਤੁਹਾਨੂੰ ਵਾਕਈ ਲੱਗਦਾ ਜਨਾਨੀਆਂ ਦਾ, ਉਹ ਇੱਕ ਬੜਾ ਡਿਫਰੈਂਟ ਰਿਲੀਜੀਅਸ ਇਸ਼ੂ ਹੈ ਔਰ ਇਹ ਪਲੈਟਫਾਰਮ ਵੀ ਨਹੀਂ ਹੈ ਸ਼ਾਇਦ ਉਹਦੇ ਬਾਰੇ ਗੱਲ ਕਰਨ ਦਾ। ਪਰ ਅਸੀਂ ਪੱਗਾਂ ਦੇ ਵਿੱਚ ਵਿਚਰਨਾ ਹੈ ਸਾਰਿਆਂ ਨਾਲ, ਅਸੀਂ ਤਾਂ ਦਸਤਾਰਾਂ ਦੀ ਗੱਲ ਕਰ ਰਹੇ ਹਾਂ। ਸੋ ਦਸਤਾਰਾਂ ਦੀ ਗੱਲ ਕਰ ਰਹੇ ਔਰ ਖਾਸ ਤੌਰ 'ਤੇ ਸਾਡੇ ਬੱਚੇ ਜਿਹੜੇ ਬਿਲਕੁਲ ਮਾਸੂਮ ਨੇ, ਜ਼ਿਆਦਾ ਜਿਹਨਾਂ ਨੂੰ ਨਹੀਂ ਪਤਾ, ਉਹਨਾਂ ਨੇ ਪਟਕਾ ਪਾ ਕੇ ਸਕੂਲ ਜਾਣਾ। ਸੋ ਗਿਆਨ ਸਿੰਘ ਜੀ, ਮੈਂ ਤੁਹਾਨੂੰ ਦੱਸਦੀ ਹਾਂ, ਇਹ ਇਹਨਾਂ ਨੇ ਆਪਣੇ ਪੋਤੇ ਪੋਤਰੀਆਂ ਵੀ ਵਿਆਹ ਚੁੱਕੇ ਹੈ, ਯੂ ਨੋ। ਸੋ ਜਿਵੇਂ ਮੈਂ ਕਹਿ ਰਹੀ ਹਾਂ ਕਿ ਮੇਰੇ ਕਿਡਸ ਫੀਲਸ ਲਾਈਕ ਲੌਂਗ ਬੈਕ, ਤੇ ਇਹਨਾਂ ਨੂੰ ਤੇ ਉਹ ਜਿਹੜਾ ਟਾਈਮ ਹੈ ਕਾਫੀ ਪੁਰਾਣਾ ਟਾਈਮ ਹੈ ਜਿਸ ਵੇਲੇ। ਸੋ ਟਾਈਮ ਬਦਲ ਚੁੱਕਾ ਹੈ ਔਰ ਰਿਕੁਆਇਰਮੈਂਟ ਜਿਹੜੇ ਸਾਡੇ ਚੈਲੰਜਸ ਹੈ ਉਹ ਵੀ ਬਦਲ ਗਏ, ਵੀ ਹੈਵ ਟੂ ਐਪਰੀਸ਼ੀਏਟ ਦੈਟ। ਲੈਟ ਮੀ ਟੇਕ ਅਨਦਰ ਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੁਦਰਸ਼ਨ ਜੀ, ਥੈਂਕ ਯੂ ਫੋਰ ਕਾਲਿੰਗ। ਦੱਸੋ ਕੀ ਕਹੋਗੇ ਤਜਿੰਦਰ ਨੂੰ? ਸਤਿ ਸ਼੍ਰੀ ਅਕਾਲ ਜੀ, ਕਾਲੀਏ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਅੱਛਾ ਤੁਸੀਂ, ਯੂ ਆਰ ਵੈਰੀ ਵੈਰੀ ਗੁੱਡ, ਦ ਵੇ ਯੂ ਆਰ ਐਕਸਪਲੇਨਿੰਗ ਇਟਸ ਵੈਰੀ ਗੁੱਡ, ਥੈਂਕ ਯੂ। ਐਕਸੈਂਟ ਮੈਨੂੰ ਲੱਗਾ, ਮੇਰੀ ਡਾਟਰ ਇਨ ਲਾ ਹੈ ਲੰਡਨ ਦੇ ਵਿੱਚ, ਉਹ ਅਫਰੀਕਾ ਰਹਿੰਦੇ ਸਨ ਤੇ ਫਿਰ ਉੱਥੋਂ ਮਾਈਗ੍ਰੇਟ ਹੋ ਕੇ ਆਏ। ਉਹ ਤੁਹਾਡੀ ਤਰ੍ਹਾਂ ਬੋਲਦੀ, ਉਹਦਾ ਲਹਿਜ਼ਾ ਬਿਲਕੁਲ ਹਿੰਦੀ ਬੋਲਣ ਦਾ ਤੁਹਾਡੇ ਵਰਗਾ ਹੀ ਸੀ। ਓਏ ਨਾ, ਅਸੀਂ ਜਗ੍ਹਾ ਜਗ੍ਹਾ ਤੋਂ ਆਏ ਹੋਏ ਆ। ਨੂਤਨ ਦੀ ਯਾਦ ਆ ਰਹੀ ਹੈ, ਮੈਨੂੰ ਉਹਦਾ ਨਾਮ ਹੈ। ਐਸਾ ਹੈ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਜੀ, ਥੈਂਕ ਯੂ ਜੀ। ਸਾਨੂੰ ਆਪਣੇ ਬੱਚਿਆਂ ਨੂੰ ਸਟਰੋਂਗ, ਪਹਿਲੇ ਉਹਨਾਂ ਨੂੰ ਪ੍ਰੀਪੇਅਰ ਹੀ ਕਰਨਾ ਕਿ ਇਹ ਸਵਾਲ ਤੁਹਾਡੇ ਕਲਾਸਾਂ ਚ ਆਣੇ ਆ, ਤੁਹਾਡੇ ਲੋਕ ਤੁਹਾਨੂੰ ਪੁੱਛਣਗੇ ਕਰਨਗੇ, ਕਿਉਂਕਿ ਵੀ ਆਰ ਡਿਫਰੈਂਟ। ਸਾਡੇ ਬੱਚੇ ਜਾਂਦੇ ਆ, ਸਾਡੀ ਸਕਿਨ ਡਿਫਰੈਂਟ ਹੈ, ਹਿੰਦੂ ਬੱਚਾ ਜਾਂਦਾ, ਸਿੱਖ ਬੱਚਾ ਜਾਂਦਾ, ਸਾਰੇ ਬੱਚੇ ਡਿਫਰੈਂਟ ਲੱਗਦੇ ਨੇ। ਸੋ ਸਾਨੂੰ ਆਪਣੇ ਬੱਚਿਆਂ ਨੂੰ ਪਹਿਲੇ ਪ੍ਰਿਪੇਅਰ ਕਰਨਾ ਕਿ ਤੁਹਾਡੇ ਨਾਲ ਕੀ ਕੀ ਸਵਾਲ ਤੁਹਾਨੂੰ ਆ ਸਕਦੇ ਨੇ ਔਰ ਕੀ ਕੀ ਤੁਸੀਂ ਜਵਾਬ ਦੇਣਾ। ਫਸਟ ਥਿੰਗ ਟੂ ਟੀਚ ਦੈਮ ਟੂ ਬੀ ਬੋਲਡ। ਹਾਂਜੀ, ਥੈਂਕ ਯੂ ਸੋ ਮਚ, ਯੋਰ ਵਰਡਸ ਮੀਨ ਸੋ ਮਚ। ਜੇ ਤੁਹਾਨੂੰ ਤੁਹਾਡੀ ਗੱਲ ਹੋਵੇ ਤੁਸੀਂ ਉਹਨੂੰ ਵੀ ਕਹੋ ਕਿ ਯੂ ਹੈਵ ਟੂ ਐਕਸੈਪਟ ਇਟ, ਦਿਸ ਇਜ਼ ਅਵਰ ਕਲਚਰ। ਯਾ, ਨੋ ਮੈਟਰ ਇਜ਼ ਅ ਸਿੱਖ ਔਰ ਨੋ ਮੈਟਰ ਇਜ਼ ਅ ਹਿੰਦੂ, ਨੋ ਮੈਟਰ ਬੰਗਾਲੀ। ਬਸ ਮੈਂ ਤਾਂ ਸਿਖਾਤਾ, ਮੇਰਾ ਕੰਮ ਖਤਮ। That's it. Hat saaf nahi. It's not. No, this is a process of coaching, a process of teaching, giving them experiences as they're younger, so that as they get older, they're capable to take on more and more and more. So we start off with, as brothers and sisters, instead of just always coming in the middle and telling them what to do, helping them to solve the problems themselves. Ji, ji. Tell me more about the role play you were talking, especially absolutely. Agar patka hai, for example, for exactly patka. So this is especially for more shy children. They might come home and say, you know, people were asking me and mainu nahi pata main ki kahunga. So every child loves it when the parent gets down and plays with them. So one really good thing is to role play and to say, okay, let's pretend and let's act it out. Because the first few times, they might need help even just almost with the script. This is the line you're going to give. When they ask you and when they do this, this is the line you're going to give. And this is an excellent way to train them to learn when they need to get an adult involved. I tell my own son, the first time somebody does something that you don't like, you should tell them, I don't like this, don't do it again. Dubara karenge, I'm going to go tell the teacher. And if they do it again, then you must tell the teacher and you must tell me when you come home. So for example, ki karno jado jive patke nu chhed da nu pasand nahi hai, no, you know, pakad ke karde hai, ya you know they call it names ki ki karya hoya hai sir de utte. Absolutely, we've taught asi mohanu sikhaye si
right from day one, koi bachcha tode patka touch nahi kar sakte. They are not allowed to touch your patka. End of story. Hmm. Nobody is allowed to even touch it except an adult. Hmm. That is it. So if a child is coming up and rubbing it or, you know, let me touch it, that would be one example where he would first say to the child, give the kid a chance. Hmm. You know, they don't know, they've never seen it. Hmm. Say, oh, I don't like that. You're not allowed to touch it. Don't do it again. Hmm. Very strong, but still with love and courage. I'll quote Jagmeet Singh from Canada. That's his line, love and courage. I'm a big fan of that line. And then if they do it again, this empowers the child to say, okay, I've given it a try, but now I'm going to go and get a teacher involved. Right. So that would be one. I've heard of a child who the person sitting beside them would try to taganu pull karke, try to open the patka. So that would be another that should not be happening at all. Yeah, I know. When my son was, he's 24 now. So jadon oh vadda ho riya si elementary school de vich kya te eh sara kuch, somehow he didn't have very good experience in middle school. Yeah. Kyunki ode jehde nere de bacche, even Sikh bacche jehde hai, oh jis tarah behave kar rahe si, he wasn't comfortable. Yeah. But when he went to high school, oh jehda touch wala karan na, unhe apne by choice unhe hata ditta rule. Yeah. So kids were coming to him to touch his beard because he had a very thick beard, yes, very curly. I remember it. So he says ki main ultimately saal de baad main ke do you like this, kehna yeah, because okay. People say I want to touch your beard, this is my lucky charm, I'll have a good test today, I'll have good marks. So if he was comfortable, we said okay. I mean, it was for me, I agree, ki whether it's good or not, or but he said this is how I'm comfortable, let them experience because they're not harming me, they're out of curiosity, they're coming, and then it turned to be a lucky charm for people. No, that's so I was it. Like, okay. And the fact that they're asking shows respect. Exactly. And as a high schooler, he's capable of making these choices and making these absolutely decisions. That's why we need to, and that you just made the point exactly that as a young age, we're going to have more control. Right. And as they get older, they're going to be able to fit and be comfortable in their own identity. Right. So and he was the only Sikh there in school. So that's that it. Whole session. Yep. So bilkul sahi keh rahe ho ki pehle tusi teach karde ho, and I think the practice every skill. Yes. You know, boldness or answering questions. Asi interview waste jaande ha. Asi bachchan kehnde okay, yo taiyari hai puri. Mm-hmm. All good. Yeah. So it's the same thing, no? Math test. Be prepared. Piano for test. Exactly. Asi sab kuch unhu training dena chahiye. Right. We have to sit and teach them. Yeah. And yet we expect that they are just going to know how to handle when people ask them about their patka. Huh. You know, and we teach them about Turban Day, but we don't really talk so much about the patka. So we need to give these tools and early Sonia, on. I think even if you don't, you know, kali asi kita hai ki by default, if we don't talk, then there are different imagination in kids' mind. Absolutely. Pata nahi mamma nu pasand aayega ki nahi main ki karaye de bare. That's it. So it's better they to freeze. Talk. Exactly. And just excellent. And if they feel that, if they see that the parents are freezing up, are nervous, they will start to feel nervous. Mm. And they will start to say, is this shameful? Is this bad? Mm. Is it bad if people ask me questions? And then I think as they get older, they start to question the identity more. Mm. And it gets more and more and more difficult. Right. Whereas if right from day one, they own it, they say, this is me, this is why I do it, I understand it, it gets easier as they get older to answer the bigger questions. Right. Let me take one more sure. call. Hello? Hello, Sat Sri Akal, Arvind ji, Tajinder ji. Sat Sri Akal, Gurdeep ji, dasso ki kehnde ho aaj? ਮੈਂ ਦੇਖੋ ਦੋ ਪਹਿਲਾਂ ਇੱਕ ਡਾਕਟਰ ਹਰਸ਼ਿੰਦਰ ਕੌਰ ਲਿਖਦੀ ਹੁੰਦੀ ਹੈ ਹਾਂਜੀ ਤੇ ਇੱਕ ਡਾਕਟਰ ਸਤਦੇਵਾ ਉਹ ਵੀ ਇਸ ਤਰ੍ਹਾਂ ਦੇ ਕਾਰਜ ਕਰਦੇ ਰਹਿੰਦੇ ਆ ਸਮਾਜਿਕ ਚੀਜ਼ਾਂ ਦੇ ਉੱਤੇ ਜੋ ਸਾਡੇ ਇੱਥੇ ਦੇ ਬੱਚਿਆਂ ਦੇ ਲਈ ਪ੍ਰੋਬਲਮ ਆਉਂਦੀ ਹੈ ਉਹਨਾਂ ਉੱਤੇ ਉਹਨਾਂ ਨੇ ਵੀ ਬਹੁਤ ਕੁਛ ਲਿਖਿਆ ਤੇ ਮੈਂ ਇਹ ਕੁੜੀ ਨੂੰ ਵੀ ਮੁਬਾਰਕਾਂ ਦਿਆਂਗਾ ਕਿ ਇਹਨੇ ਦੇਖੋ ਪਟਕੇ ਤੇ ਕਿਸੇ ਨੇ ਨਹੀਂ ਲਿਖਿਆ ਮੇਰਾ ਖਿਆਲ Thank you so much. Aur Gurdeep ji, ene bada sona patke da khali book hi nahi hai. Eh bilkul chote bachiyan de saath na, especially jede toddlers tusi school bhejde ho. Yeah. Te unhan nu answer bacche kivein karan?
ਫਿਰ ਉਹਨੇ ਸਾਰਾ ਦੱਸਿਆ। ਅਸੀਂ ਹੋਰ ਗੱਲ ਕਰਾਂਗੇ ਕਿ ਪੇਰੈਂਟਸ ਅਗਰ ਕੁਐਸਚਨਸ ਆਉਂਦੇ ਹੈ ਜਾਂ ਕੁਐਸਚਨਸ ਨਹੀਂ ਆਉਂਦੇ ਤਾਂ ਸਕੂਲਾਂ ਜਾ ਕੇ ਕਿਸ ਤਰ੍ਹਾਂ ਇਹ ਚੀਜ਼ ਜਿਹੜੀ ਹੈ ਨਾ ਇੱਕ ਹਾਊਸਹੋਲਡ ਨੇਮ ਪਟਕਾ, ਜਿਵੇਂ ਹੁਣ ਦਸਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪੀਪਲ ਨੋ, ਨੋਨ ਪੰਜਾਬੀਜ਼ ਨੋ ਕਿ ਦਸਤਾਰ ਇਜ਼ ਟਰਬਨ। That's it. All so of my patka people need to know the name. They need to know, and they need to practice saying it. And jo my classrooms are jandane, I make everybody say patka, patka. Okay, there we go. Yeah, no, that's important. So ye hai khubi ye hai ki ye problem nu kis tarah hal karna hai, aur bachpan to hi jadon assi bachcha schoolon da assi kehne tenu ki padhaya ki kita, edi bajaye assi koi agar vadhiya sawal puchhiye ਕਿ ਤੂੰ ਅੱਜ ਟਿਫਨ ਕਿਸੇ ਨੇ ਸ਼ੇਅਰ ਕੀਤਾ, ਤੈਨੂੰ ਕਿਸੇ ਨੇ ਕੁਝ ਸਿਖਾਇਆ, ਜਾਂ ਕਿਸੇ ਨੇ ਕਿਸੇ ਨੂੰ ਤੋਂ ਤੂੰ ਕੋਈ ਚੰਗੀ ਚੀਜ਼ ਸਿੱਖੀ ਆ, ਇੱਦਾਂ ਦੇ ਪ੍ਰਸ਼ਨ ਕਰੀਏ ਨਾ ਤਾਂ ਉਹ ਜ਼ਿਆਦਾ ਵਧੀਆ ਰਹਿਣਗੇ ਬੱਚੇ ਦੇ ਸੰਸਕਾਰ ਭਰਨ ਲਈ, ਨਾ ਕਿ ਤੂੰ ਕਿੰਨੇ ਨੰਬਰ ਲੈ, ਤੂੰ ਕੀ ਕੀਤਾ ਉਹ ਤੇ ਹੋਰ ਪਾਈਏ। ਬਹੁਤ ਵਧੀਆ, ਸਾਨੂੰ ਚੇਂਜ ਕਰਨੀ ਪੈਣੀ ਹੈ, ਕੁੜੀ ਦੀ ਸੋਚ ਨੂੰ ਅਪਣਾਉਣਾ ਪੈਣਾ ਕਿ ਅਸੀਂ ਪ੍ਰੋਬਲਮ ਤਾਂ ਇਹਨੇ ਸਾਫ਼ ਕਿਹਾ ਕਿ ਹਰੇਕ ਜਗ੍ਹਾ ਹੀ ਆਉਣਗੀਆਂ, ਪਰ ਉਹਨਾਂ ਨੂੰ ਹਰੇਕ ਪ੍ਰੋਬਲਮ ਨੂੰ ਕਿਸ ਤਰ੍ਹਾਂ ਹੱਲ ਕਰਨਾ ਹੈ, ਇਹ ਇਹਨਾਂ ਦੇ ਵਿੱਚ ਖੂਬੀ ਨਜ਼ਰ ਆਈ ਹੈ। ਬਾਕੀ ਮੈਮ ਜ਼ਿਆਦਾ ਤੁਹਾਡਾ ਟਾਈਮ ਨਹੀਂ ਲੈਣਾ ਚਾਹੁੰਦਾ, ਤੁਸੀਂ ਗੱਲਾਂ ਕਰੋ, ਅਸੀਂ ਸੁਣੀਏ। ਥੈਂਕ ਯੂ ਸੋ ਮਚ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ ਯੂ ਡੋਨਟ ਗੋ ਐਨੀਵੇਅਰ। ਵੈਲਕਮ ਬੈਕ, ਔਰ ਸਮਾਂ ਥੋੜ੍ਹਾ ਹੋ ਗਿਆ ਰਹਿ ਗਿਆ ਅਤੇ ਮੈਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਤਜਿੰਦਰ ਨਾਲ। ਸੋ ਤਜਿੰਦਰ, ਕਿਸ ਤਰ੍ਹਾਂ ਤੁਸੀਂ ਸੁਜੈਸਟ ਕਰ ਰਹੇ ਸੀ ਕਿ ਇੱਕ ਤਾਂ ਮੈਨੂੰ ਜ਼ਰੂਰ ਦੱਸੋ ਕਿ ਪਟਕੇ ਦੇ ਬਾਰੇ ਅਸੀਂ ਕਿਸੇ ਹੋਰ ਨੂੰ, ਜਿਵੇਂ ਤੁਸੀਂ ਕਹਿ ਰਹੇ ਸੀ ਮੋਨ ਜਾਂਦਾ ਸੀ, ਅਤੇ ਤੁਸੀਂ ਕਿਵੇਂ ਟ੍ਰੇਨ ਕਰੋ, ਸੋ ਵੈਨ ਚਾਈਲਡ ਆਪਣੇ ਆਪ ਨਹੀਂ ਕਰ ਸਕਦਾ ਅਤੇ ਉਹਨੂੰ ਕਿਵੇਂ ਕਰੋ, ਤੁਸੀਂ ਬੁੱਕ ਵਿੱਚ ਵੀ ਉਹਨੂੰ ਸਾਰਾ ਐਕਸਪਲੇਨ ਕੀਤਾ। ਆਈ ਥਿੰਕ ਜਸਟ ਲਾਈਕ ਮਾਈ ਆਡੀਅੰਸ ਐਬਸੋਲੂਟਲੀ ਕੈਨ ਯੂ ਸੋ Just like we want to equip the children, we also want to equip the teachers or the coaches or whoever might be in taking care of the child. So we included like a step-by-step with pictures on how to tie the patka, because lots of times the patka opens when they're doing gym or whatever, going swimming. So we included that. And what we want to do is we want to take away the mystery, not just for the other students, but also for the adults who are taking care of the kids. Teachers, counselors. Coaches, counselors, they should not be scared of the patka either. Right. So, you know, Vaisakhi is coming up, and lots of times parents will go in to the school around Vaisakhi. Mm-hmm. I've heard so many different ideas. They take in snacks, or they take in little Vaisakhi gifts, and they give a little talk about what is Vaisakhi. So I think that's a fantastic idea. It's a great time to go in. Pag pan ke jao, bachche ko patka pana ke. That's so it. As a family, go there, get involved. That's it. Yeah, and there's lots of ideas in the book about how to make it really easy for the teacher when you're making this presentation. Mm. You want to send the book in a couple days before. You want to tell them if you want to bring in a snack, what you're bringing. These little things make a big difference. Hanji, that you know, teachers, the job both mushkil hai. They have to do so many things in a day. So to squeeze in a parent, we want to make it as easy for them as we possibly can. Also, we because did. Because that is a favor to us. It so is. Never think like, you know, they owe. Main kya siga ona ta manyani. Yeah. So I think good ideas Tajinder is giving is. We also included. Yes. Just to make it more fun, more easy for them. Yep. So like a coloring page where you can, the kids can color their own patka, take in some patkas, like if you have some with an interesting design, colors, and let the kids touch it, experience it. So that when they walk away, it's not a mystery anymore. Mm. It's something that they know a lot about. Mm. And kids love it when they can tell their parents something that the parents didn't already know. Yeah. So they love to come home and say, hey, mom, did you know? And teach the parents. Kids really enjoy those type of scenarios. I'm sure. Yeah. That's wonderful. You know, ke tusi unhan nu zarur time de ke pehle call karke. You know, that point is very important. Ke jao zarur and get involved. Oi, asi mod tod ke oi gal karde. It's not just patka. It's for not. For everything, you know, pehle be get a presence. Involved. Be a presence. And I'll say that there's a lot of things intimidating about going into a school. There's, you know, maybe your English isn't perfect, but ek mere Punjabi, the TV show aaye hai, dekh mere Punjabi
अच्छा नहीं है मैनू पता बट वी हैव टू डू व्हाट वी हैव टू डू एंड यू गो आउट देयर एंड यू ट्राई एंड अ टीचर विल ऑलवेज अप्रिशिएट अ पेरेंट हु इज ट्राइंग if you need to go in and talk about a situation like a bullying situation we can talk more about that at another time but no we can talk about that but you're right ki parents nu a confidence khud vich zarur chahida hai ki nahi aundi english koi problem nahi hai that's it you know, teacher doesn't care and one more point suniye is that tusi jado problem aundi hai ta jaoge na ਉਹੀ ਗੱਲ ਹੈ ਤੇ ਫਿਰ ਸੁਣੀ ਉਨੀ ਕੀ ਸੁਣੀ ਜਾਏਗੀ that's it ਬਿਨਾ ਪ੍ਰੋਬਲਮ ਦੇ ਮੇਕ ਯੋਰ ਸੈਲਫ You know, make your presence there. That's it. They're always looking for chaperones. They're looking for people in the PTA, volunteers. There's usually come in for a seminar about what we're teaching the kids about this and that. I know people work and it's difficult. You don't have to go to every single function at the school. Sab kuch nahi jana chahiye, but try to attend and try to go before there is a problem so that should a problem arise, if a problem comes up, they know you. They know your child, they know how involved you are as a parent, and they're ready to listen and work on a solution with you. Yeah. Let me take one call quickly and hello. Yes, Sat Sri Akal Ji. Sat Sri Akal Ji. Main ek seva karne chahni ha. Dasso. Main chahni ha ki har ek school de vich inna di ek kitab bheji jaye. Okay. ਉਹਦੀ ਸੇਵਾ ਦੀ ਜਿਹੜੀ ਖਰਚ ਹੈ ਉਹ ਮੈਂ ਆਪ ਦੇਵਾਂਗੀ ਓ ਮਾਈ ਗੋਡਨੈਸ ਥੈਂਕ ਯੂ ਸੋ ਮਚ ਯੂ ਸੋ ਆਈ ਐਮ ਸਵੀਟ ਪਲੀਜ਼ ਆਪਣੀ ਡਿਟੇਲਸ ਮੈਂ ਆਈ ਥਿੰਕ ਆਈਲ ਗੈਟ ਦ ਨੰਬਰ ਫॉर ਦਿਸ ਥਿੰਗ ਬਟ ਦਿਸ ਇਜ਼ ਵੰਡਰਫੁਲ ਦਿਸ ਇਜ਼ ਲਾਈਕ ਆਈ ਐਮ ਸਪੀਚਲੈਸ ਦਿਸ ਇਜ਼ ਕੋਈ ਗੱਲ ਨਹੀਂ ਜੀ ਉਹ ਇਸ ਤਰ੍ਹਾਂ ਹੈ ਕਿ ਵੀ ਹਾਂਜੀ ਤੁਸੀਂ ਟੀਵੀ ਤੇ ਆਪਣੀ ਆਵਾਜ਼ ਨਾ ਸੁਣੋ ਫੋਨ ਤੇ ਗੱਲ ਕਰੋ ਮੈਂ ਕਰ ਦਿੱਤਾ ਹੈਗਾ ਹਾਂਜੀ ਦੱਸੋ ਹਾਂ ਬਹੁਤ ਘੱਟ ਕਰ ਰਹੀ ਹਾਂ ਕਿਉਂਕਿ ਮੈਂ ਨਿਊਯਾਰਕ ਵਿੱਚ ਪਲੀ ਬੜੀ ਸਭ ਕੁਝ ਇੰਨੀ ਕੁ ਸੇਵਾ ਤੇ ਕਰਨੀ ਬਣਦੀ ਹੈ ਤੇ ਤੁਸੀਂ ਮੇਰੇ ਕੋਲ ਤੁਹਾਡਾ ਨੰਬਰ ਪਹੁੰਚ ਗਿਆ ਤੁਸੀਂ ਮੈਨੂੰ ਇਨਫੋਰਮ ਕਰ ਦੇਣਾ ਤੇ ਆਈ ਵੁੱਡ ਲਾਈਕ ਟੂ ਕੰਟਰੀਬਿਊਟ ਟੂ ਸੀ ਕਿ ਹਰ ਇੱਕ ਸਕੂਲ ਦੇ ਵਿੱਚ ਇੱਕ ਕਿਤਾਬ ਪਹੁੰਚੇ ਹਰ ਇੱਕ ਲਾਇਬ੍ਰੇਰੀ ਵਿੱਚ ਪਹੁੰਚੇ ਉਹ ਸੇਵਾ ਜਿੰਨੀ ਬਣਦੀ ਹੈ ਬਲਬੀਰ ਜੀ ਇਹ ਦੇਖੋ ਇਹਨੇ ਨਾ ਬੜੀ ਮਿਹਨਤ ਕੀਤੀ ਹੋਈ ਇਸ ਬੁੱਕ ਤੇ ਇਲਸਟ੍ਰੇਸ਼ਨਸ ਤੇ ਸਭ ਕੁਝ ਦੇਖ ਚੁੱਕੀ ਹੋਈ ਆ ਹਾਂ ਇਟਸ ਬਿਊਟੀਫੁਲੀ ਡਨ ਐਂਡ ਵੈਰੀ ਵੈਲ ਥੋਟ ਆਫ ਕੋਈ ਪੇਜ ਮੈਨੂੰ ਇੰਜ ਨਹੀਂ ਲੱਗਿਆ ਕਿ ਐਕਸਟਰਾ ਦੀ ਲੋੜ ਨਹੀਂ ਸੀ ਜਰਾ ਵੀ ਵੈਰੀ ਆਪਟੀਮਮ ਨਹੀਂ ਇੱਕ ਤੇ ਗੱਲ ਹੈ ਕਿ ਟੀਚਰ ਨੇ ਔਰ ਉਸ ਵਜੋਂ ਮਦਦ ਕਰਨਾ ਚਾਹਨੀ ਆ ਜੀ ਦੂਜੀ ਗੱਲ ਹੈ ਕਿ ਮੇਰੇ ਫੈਮਿਲੀ ਦੇ ਵਿੱਚ ਟੀਚਰਸ ਨੇ ਤੇ ਉਹਨਾਂ ਦੀ ਵੀ ਮਦਦ ਹੋ ਜਾਏਗੀ ਤੇ ਜਿੰਨਾ ਇਨਫੋਰਮ ਕਰ ਸਕੀਏ ਸਕੂਲਾਂ ਨੂੰ ਉਹ ਸਕੂਲ ਵਾਲੇ ਇਨਫੋਰਮ ਕਰ ਸਕਣਗੇ ਲਾਇਬ੍ਰੇਰੀਜ਼ ਵਾਲੇ ਇਨਫੋਰਮ ਕਰ ਸਕਣਗੇ ਜਿੱਥੇ ਜਿੱਥੇ ਇਨਫੋਰਮੇਸ਼ਨ ਪਹੁੰਚਾਉਣਾ ਚਾਹੁੰਦੇ ਹੋ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਸਾਰੀ ਜਗ੍ਹਾ ਤੇ ਵੰਡ ਕੇ ਆਓ ਲੇਕਿਨ ਖਰਚਾ ਮੇਰੇ ਵੱਲੋਂ ਲੈ ਲੈਣਾ ਓ ਮਾਈ ਗੋਡਨੈਸ ਥੈਂਕ ਯੂ ਸੋ ਮਚ ਦਿਸ ਇਜ਼ ਵੈਰੀ ਕਾਈਂਡ ਆਫ ਯੂ ਕਾਲ ਐਂਡ ਐਵਰੀਬਾਡੀ ਐਲਸ ਆਲਸੋ ਥੈਂਕ ਯੂ ਸੋ ਮਚ Tajinder, beautiful that you know we've got calls like this and sare viewers actually takes a village to raise a kid I mean then it does you know we all are together to hun sadi jehdi navi peedi aani hai oh paneeri nikki ji hagi ohnu drakhat te tai bana sakde hai na you know the strong trees they have to become ਸਾਰਿਆਂ ਦਾ ਉਹ ਤੁਸੀਂ ਕਿਹਾ ਪੇਰੈਂਟ ਟੀਚਰ ਇਕੱਠੇ ਮਿਲ ਕੇ ਕੰਮ ਕਰੋ ਅਸੀਂ ਸਾਰੇ ਇਕੱਠੇ ਮਿਲ ਕੇ ਕੰਮ ਕਰਨ ਨੂੰ ਤਿਆਰ ਹਾਂ ਵੀ ਆਲ ਆਰ ਰੈਡੀ So, you know, when she told me about this book, I said, you're coming to this show and we're talking about it. So, you know, you have another Thank partner you. Now. Thank you so much. No, I'm blown away. Yeah. Speechless. No, this is really nice. So, one quick example we can, you know, Jivin, you were saying that there's a bully. Especially, it's such a traumatic experience to be bullied. No, it can be. Yeah, for some kids, it can be very... Yes. So, oh, kis tarah si help kar sakde hain taki wo better ho sake. Absolutely. So, I know we don't have much time. 30 seconds, so, yeah. I'm just going to say one thing, which is if the parent approaches it with calmness, don't be angry. It's nothing shameful.
it's possible the child is going, the other child, the bully is going through a tough time. Go with a neutral mind in front of your child to love your child. I'm so sorry this happened. And then move on to solving the problem. If you spend so much time, oh, Rona, Rona, oh my God, this was so terrible. I'm so angry. When you go meet the teachers too, be as neutral as possible. That's my biggest tip. Right. Be as neutral as possible, because then you can be calm and you can work as a village to solve the problem. Perfect. So sorry we don't have more time, but ਅਸੀਂ ਤਾਂ ਜਿੰਨਾਂ ਨੂੰ ਫਿਰ ਕਿਸੇ ਹੋਰ ਵੇਲੇ ਵੀ ਲਿਆ ਸਕਦੇ ਹਾਂ ਟਾਕ ਅਬਾਊਟ ਮੋਰ ਪੇਰੈਂਟਿੰਗ ਯੂ ਨੋ ਐਨੀ ਰਿਸਰਚ ਕਰ ਰਹੀ ਹੈ ਵਾਈ ਨਾਟ ਇਹਨਾਂ ਦਾ ਫਾਇਦਾ ਉਠਾਈਏ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਯੂ ਨੋ ਇੰਨੇ ਜਿਵੇਂ ਕਹਿੰਦੇ ਨਾ ਕਿ ਹੱਥ ਖੋਲ ਕੇ ਜੱਫੀ ਪਾਉਣ ਵਾਸਤੇ ਇਸ ਸਾਡੇ ਨਵੇਂ ਗੈਸਟ ਨੂੰ ਸੋ ਥੈਂਕ ਯੂ ਰੀਅਲੀ ਥੈਂਕ ਯੂ ਸੋ ਮੱਚ ਤਜਿੰਦਰ ਫੋਰ ਕਮਿੰਗ ਟੂ ਆਰ ਸ਼ੋਅ ਥੈਂਕ ਯੂ ਅਰਵਿੰਦ ਜੀ ਦਿਸ ਵਾਜ਼ ਅਮੇਜ਼ਿੰਗ ਥੈਂਕ ਯੂ